ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਮੇਰੇ ਚੈਨਲ 'ਤੇ ਸਵਾਗਤ ਹੈ। ਰੋਇਲ ਇਨਫੀਲਡ, ਜਿਸ ਨੂੰ ਕਿ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਭ ਜਾਣਦੇ ਨੇ, ਅਤੇ ਹਰ ਇੱਕ ਦਾ ਸੁਪਨਾ ਹੁੰਦਾ ਕਿ ਉਹ ਜ਼ਿੰਦਗੀ 'ਚ ਇੱਕ ਵਾਰ ਰੋਇਲ ਇਨਫੀਲਡ ਜ਼ਰੂਰ ਖਰੀਦੇ। ਆਓ ਅੱਜ ਤੁਹਾਨੂੰ ਦੱਸਦੇ ਹਾਂ ਰੋਇਲ ਇਨਫੀਲਡ ਬਾਰੇ ਉਹ ਕੁਝ ਗੱਲਾਂ ਜੋ ਆਮ ਤੌਰ 'ਤੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਸੋ ਦੇਖੋ ਵੀਡੀਓ। ਤੁਸੀਂ ਸਾਰੇ ਰੋਇਲ ਇਨਫੀਲਡ ਨੂੰ ਇਸ ਤਰ੍ਹਾਂ ਨਾਲ ਹੀ ਜਾਣਦੇ ਹੋ ਕਿ ਇੱਕ ਮੋਟਰਸਾਈਕਲ ਬਣਾਉਂਦੀ ਹੈ, ਪਰ ਮੋਟਰਸਾਈਕਲ ਬਣਾਉਣ ਤੋਂ ਇਲਾਵਾ ਇਹ ਕੰਪਨੀ ਪਹਿਲਾਂ ਕੁਝ ਹੋਰ ਕੰਮ ਕਰਦੀ ਸੀ, ਜੋ ਸੀ ਬ੍ਰਿਟਿਸ਼ ਆਰਮੀ ਲਈ ਹਥਿਆਰ ਬਣਾਉਣਾ। ਮੋਟਰਸਾਈਕਲ ਬਣਾਉਣ ਤੋਂ ਪਹਿਲਾਂ ਇਹ ਕੰਪਨੀ ਬ੍ਰਿਟਿਸ਼ ਆਰਮੀ ਲਈ ਹਥਿਆਰ ਬਣਾਉਂਦੀ ਸੀ, ਤਾਂ ਹੀ ਕਰਕੇ ਇਸ ਦਾ ਸਲੋਗਨ ਵੀ ਸੀ ਮੇਡ ਲਾਈਕ ਹੈ ਗਨ, ਜੋ ਕਿ ਤੁਸੀਂ ਹੁਣ ਵੀ ਇਸ ਦੇ ਲੋਗੋ 'ਤੇ ਦੇਖ ਸਕਦੇ ਹੋ। ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੇ ਯਾਦ ਵੀ ਨਹੀਂ ਆਇਆ ਹੋਵੇਗਾ ਕਿ ਰੋਇਲ ਇਨਫੀਲਡ ਬੁਲਟ ਦਾ ਨਾਮ ਕਿਉਂ ਦਿੱਤਾ ਜਾਂਦਾ, ਕਿਉਂਕਿ ਜਦੋਂ ਰੋਇਲ ਇਨਫੀਲਡ ਹਥਿਆਰ ਬਣਾਉਂਦਾ ਸੀ ਤਾਂ ਉਹਨਾਂ ਦੇ ਇੱਕ ਸਭ ਨੂੰ ਵਧੀਆ ਹਥਿਆਰ ਸੀ ਗਨ, ਜਿਸ ਦਾ ਕਿ ਨਾਮ ਬੁਲਟ ਸੀ, ਜੋ ਕਿ ਰੋਇਲ ਇਨਫੀਲਡ ਵੱਲੋਂ ਤਿਆਰ ਕੀਤੀ ਜਾਂਦੀ ਸੀ। ਇਸੇ ਕਰਕੇ ਇਹਨਾਂ ਨੇ ਆਪਣੇ ਮੋਟਰਸਾਈਕਲ ਦਾ ਨਾਮ ਵੀ ਰੋਇਲ ਇਨਫੀਲਡ ਬੁਲਟ ਰੱਖਿਆ। ਸੰਨ 1898 ਵਿੱਚ ਰੋਇਲ ਇਨਫੀਲਡ ਨੇ ਇੱਕ ਕੁਆਡਰੀ ਸਾਈਕਲ ਤਿਆਰ ਕੀਤੀ ਸੀ, ਮਤਲਬ ਜੋ ਕਿ ਚੌਪਹੀਆ ਸਾਈਕਲ ਸੀ, ਅਤੇ ਇਸ ਦੇ ਵਿੱਚ ਡਿਓਨ ਨਾਮਕ ਕੰਪਨੀ ਦਾ ਇੰਜਣ ਲੱਗਿਆ ਹੋਇਆ ਸੀ। ਸਭ ਨੂੰ ਪਹਿਲੀ ਵਾਰ 1901 ਵਿੱਚ ਰੋਇਲ ਇਨਫੀਲਡ ਨੇ ਆਪਣੀ ਪਹਿਲੀ ਮੋਟਰਸਾਈਕਲ ਤਿਆਰ ਕੀਤੀ ਸੀ। ਇਸ ਮੋਟਰਸਾਈਕਲ ਦੇ ਵਿੱਚ, ਜੋ ਕਿ ਰੋਇਲ ਇਨਫੀਲਡ ਨੇ ਸਭ ਤੋਂ ਪਹਿਲੀ ਵਾਰ 1901 ਵਿੱਚ ਤਿਆਰ ਕੀਤੀ ਸੀ, ਵਿੱਚ 211 cc ਦਾ ਇੰਜਨ ਲੱਗਿਆ ਹੋਇਆ ਸੀ, ਜੋ ਕਿ ਉਸ ਟਾਈਮ 'ਤੇ ਕਾਫੀ ਪਾਵਰਫੁੱਲ ਸੀ। ਇਸ ਮੋਟਰਸਾਈਕਲ ਦੀ ਉਸ ਟਾਈਮ ਸਭ ਤੋਂ ਜ਼ਿਆਦਾ ਯਾਨੀ ਕਿ ਟੋਪ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਸੀ, ਅਤੇ ਇਸ ਵਿੱਚ ਜੋ ਮਾਈਲੇਜ ਕਲੇਮ ਕੀਤੀ ਜਾਂਦੀ ਸੀ ਉਹ 37 ਕਿਲੋਮੀਟਰ ਪ੍ਰਤੀ ਲੀਟਰ ਸੀ। 1924 ਵਿੱਚ ਰੋਇਲ ਇਨਫੀਲਡ ਨੇ ਇੰਡੀਆ ਵਿੱਚ ਸਭ ਨੂੰ ਪਹਿਲਾ 4-stroke ਮੋਟਰਸਾਈਕਲ ਉਤਾਰਿਆ ਸੀ, ਜੋ ਕਿ ਉਸ ਟਾਈਮ 'ਤੇ ਸਭ ਨੂੰ ਪਹਿਲਾ 4-stroke ਮੋਟਰਸਾਈਕਲ ਸੀ। ਇਸ ਵਿੱਚ 350 cc ਦਾ ਇੰਜਣ ਸੀ, ਅਤੇ ਨਾਲ ਹੀ ਰੋਇਲ ਇਨਫੀਲਡ ਪਹਿਲੀ ਇਹੋ ਜਿਹੀ ਕੰਪਨੀ ਸੀ ਜਿਸ ਨੇ ਇੰਡੀਆ ਵਿੱਚ ਸਭ ਨੂੰ ਪਹਿਲਾਂ ਆਪਣੇ ਮੋਟਰਸਾਈਕਲ ਦੇ ਵਿੱਚ ਰੀਅਰ ਡਿਸਕ ਬ੍ਰੇਕ ਦਿੱਤੇ ਸਨ, ਜੋ ਕਿ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਵੱਡੀ ਅਤੇ ਸ਼ਲਾਘਾਯੋਗ ਉਪਲਬਧੀ ਸੀ। ਰੋਇਲ ਇਨਫੀਲਡ ਨੇ ਸ਼ੋਲੇ ਮੂਵੀ ਵਿੱਚ ਵਰਤੀ ਜਾਣ ਵਾਲੀ ਬੁਲਟ ਦੇ ਨਾਲ ਦੀ ਬੋਗੀ ਟਾਈਪ ਦੀ ਬੋਗੀ ਬਣਾਈ ਸੀ, ਜੋ ਕਿ ਸੰਸਾਰ ਯੁੱਧ ਪਹਿਲੇ ਵੇਲੇ ਮਿਲਟਰੀ ਦਾ ਸਮਾਨ ਢੋਣ ਅਤੇ ਮਸ਼ੀਨ ਗਨ ਰੱਖਣ ਦੇ ਕੰਮ ਆਉਂਦੀ ਸੀ। ਅੱਜ ਕੱਲ੍ਹ ਰੋਇਲ ਇਨਫੀਲਡ ਦੇ ਕਾਫੀ ਮਾਡਲ ਆ ਰਹੇ ਨੇ, ਜਿਵੇਂ ਸਟੈਂਡਰਡ, ਬੁਲਟ, ਕਲਾਸਿਕ, ਮਟਿਓਰ, ਅਤੇ ਸਾਰੇ ਮਾਡਲ ਵੱਖ ਵੱਖ ਤਰ੍ਹਾਂ ਦੀ ਵਰਾਇਟੀ, ਫੀਚਰਸ ਅਤੇ ਕਲਰਸ ਨਾਲ ਮਿਲ ਜਾਂਦੇ ਹਨ, ਅਤੇ ਨੋਰਮਲ ਤੌਰ 'ਤੇ ਇਹ 350 cc ਅਤੇ 650 cc ਦੇ ਵਿੱਚ ਅਵੇਲੇਬਲ ਨੇ, ਅਤੇ ਬੰਦਾ ਆਪਣੀ ਪਸੰਦ ਦੇ ਹਿਸਾਬ ਨਾਲ ਕੋਈ ਵੀ ਕਲਰ ਖਰੀਦ ਸਕਦਾ ਹੈ। ਰੋਇਲ ਇਨਫੀਲਡ 350 cc ਨੂੰ ਸਭ ਤੋਂ ਪਹਿਲੀ ਵਾਰ ਇੰਡੀਆ ਵਿੱਚ 1955 ਵਿੱਚ ਲਾਂਚ ਕੀਤਾ ਗਿਆ, ਜੋ ਕਿ ਕਾਫੀ ਪ੍ਰਸਿੱਧ ਹੋਇਆ। ਇਸ ਦੇ ਨਾਲ 700 cc ਅਤੇ 650 cc ਮਾਡਲ ਵੀ ਲਾਂਚ ਕੀਤੇ ਗਏ, ਜੋ ਡਿਮਾਂਡ ਘੱਟ ਹੋਣ ਕਾਰਨ ਜ਼ਿਆਦਾ ਵਿਕ ਨਹੀਂ ਸਕੇ, ਜਿਸ ਕਰਕੇ ਇਹਨਾਂ ਦੀ ਪ੍ਰੋਡਕਸ਼ਨ ਨੂੰ ਇੰਡੀਆ ਲਈ ਬੰਦ ਕਰ ਦਿੱਤਾ ਗਿਆ, ਅਤੇ 350 ਉੱਤੇ 500 ਦੀ ਪ੍ਰੋਡਕਸ਼ਨ ਨੂੰ ਜਾਰੀ ਰੱਖਿਆ ਗਿਆ। ਇੰਡੀਆ ਤੋਂ ਪਹਿਲਾਂ ਇਸ ਨੂੰ ਇੰਗਲੈਂਡ ਵਿੱਚ 1931 ਵਿੱਚ ਲਾਂਚ ਕੀਤਾ ਗਿਆ। ਉਸ ਹਿਸਾਬ ਦੇ ਨਾਲ ਅੱਜ ਇਸ ਨੂੰ ਮਾਰਕੀਟ ਵਿੱਚ ਆਇਆ ਤਕਰੀਬਨ 90 ਸਾਲ ਹੋ ਗਏ, ਅਤੇ ਹੁਣ ਤੱਕ ਸਭ ਮੋਟਰਸਾਈਕਲਾਂ ਨਾਲੋਂ ਸਭ ਨੂੰ ਲੰਬਾ ਚੱਲਣ ਵਾਲਾ ਪ੍ਰੋਡਕਸ਼ਨ ਮਾਡਲ ਬਣ ਗਿਆ, ਅਤੇ ਇੰਡੀਆ ਦੇ ਵਾਂਗੂ ਹੀ UK ਵਿੱਚ ਵੀ ਇਸਦੇ ਕਾਫੀ ਤਰ੍ਹਾਂ ਦੇ ਮਾਡਲ ਅਵੇਲੇਬਲ ਨੇ। 1990 ਵਿੱਚ ਰੋਇਲ ਇਨਫੀਲਡ ਨੇ ਇੱਕ ਡੀਜ਼ਲ ਮੋਟਰਸਾਈਕਲ ਵੀ ਲਾਂਚ ਕੀਤਾ ਸੀ, ਜਿਸ ਦਾ ਕਿ ਨਾਮ ਸੀ ਟੋਰਸ। ਵੈਸੇ ਇਹ ਕਿਹਾ ਜਾਂਦਾ ਹੈ ਕਿ ਬਹੁਤ ਹੀ ਵਧੀਆ ਮੋਟਰਸਾਈਕਲ ਸੀ, ਅਤੇ ਇਸ ਦੀ ਐਵਰੇਜ ਵੀ 70 ਕਿਲੋਮੀਟਰ ਦੇ
ਨੇੜ-ਤੇੜ ਪਰ ਲੀਟਰ ਦੇ ਨੇੜ-ਤੇੜ ਸੀ। ਬਾਕੀ ਜੇ ਕਿਸੇ ਨੂੰ ਐਗਜ਼ੈਕਟ ਐਵਰੇਜ ਪਤਾ ਹੋਵੇ ਤਾਂ ਕਮੈਂਟ ਜ਼ਰੂਰ ਕਰੋ। ਡੀਜ਼ਲ ਮੋਟਰਸਾਈਕਲ ਹੋਣ ਦੇ ਬਾਵਜੂਦ ਵੀ ਇਹ ਮੋਟਰਸਾਈਕਲ ਜ਼ਿਆਦਾ ਸਕਸੈਸਫੁਲ ਨਹੀਂ ਹੋ ਸਕੀ ਅਤੇ ਅੰਤ ਵਿੱਚ 12 ਸਾਲ ਬਾਅਦ 2002 ਵਿੱਚ ਇਸ ਦੇ ਪ੍ਰੋਡਕਸ਼ਨ ਨੂੰ ਬੰਦ ਕਰ ਦਿੱਤਾ ਗਿਆ। 1955 ਵਿੱਚ ਇੰਡੀਆ ਵਿੱਚ ਮੋਟਰਸਾਈਕਲ ਲਾਂਚ ਕਰਨ ਵੇਲੇ ਰੋਇਲ ਇਨਫੀਲਡ ਨੇ ਇੰਡੀਆ ਦੀ ਮਦਰਾਸ ਮੋਟਰਸ ਕੰਪਨੀ ਨਾਲ ਪਾਰਟਨਰਸ਼ਿਪ ਕਰਕੇ ਇੱਥੇ ਪਲਾਂਟ ਖੋਲ੍ਹਿਆ ਸੀ ਅਤੇ ਉਸ ਤੋਂ ਇਸ ਦੀ ਸ਼ੁਰੂਆਤ ਹੋਈ ਸੀ। ਮਦਰਾਸ ਮੋਟਰਸ ਅਤੇ ਰੋਇਲ ਇਨਫੀਲਡ ਦੁਆਰਾ ਖੋਲ੍ਹੇ ਗਏ ਪਲਾਂਟ ਵਿੱਚ ਪਹਿਲਾਂ 350 ਸੀਸੀ ਮੋਟਰਸਾਈਕਲ ਅਸੈਂਬਲ ਹੁੰਦੇ ਸਨ ਅਤੇ ਫਿਰ ਹੌਲੀ ਹੌਲੀ 500 ਸੀਸੀ ਮੋਟਰਸਾਈਕਲ ਵੀ ਅਸੈਂਬਲ ਹੋਣ ਲੱਗ ਪਏ। ਕੁਝ ਲੋਕਾਂ ਨੂੰ ਹੁਣ ਵੀ ਲੱਗਦਾ ਕਿ ਰੋਇਲ ਇਨਫੀਲਡ ਦੇ ਕੁਝ ਪਾਰਟ ਹੱਥ ਨਾਲ ਅਸੈਂਬਲ ਕੀਤੇ ਜਾਂਦੇ ਨੇ, ਪਰ ਪਹਿਲੇ ਸਮੇਂ ਵਿੱਚ ਉਹ ਹੱਥ ਨਾਲ ਜ਼ਰੂਰ ਅਸੈਂਬਲ ਕੀਤੇ ਜਾਂਦੇ ਸੀ, ਪਰ ਹੁਣ ਇਹੋ ਜਿਹਾ ਨਹੀਂ ਹੈ। ਸਾਰੇ ਥਾਵਾਂ 'ਤੇ ਮਸ਼ੀਨਾਂ ਨਾਲ ਰੋਇਲ ਇਨਫੀਲਡ ਦੇ ਪਾਰਟਸ ਅਸੈਂਬਲ ਕੀਤੇ ਜਾਂਦੇ ਹਨ। ਪਰ ਹਾਂ, ਇੱਕ ਇਹਦੀ ਜੋ ਟੈਂਕ 'ਤੇ ਪੇਂਟਿੰਗ ਹੁੰਦੀ ਹੈ ਉਹ ਹੈਂਡਮੇਡ ਹੈ ਅਤੇ ਸ਼ੁਰੂ ਤੋਂ ਹੈਂਡਮੇਡ ਹੀ ਰਹੀ ਹੈ। ਟੈਂਕ ਦੇ ਉੱਪਰ ਹੱਥ ਨਾਲ ਕਲਾਕ੍ਰਿਤੀ ਕਰਨ ਵਾਲੇ ਲੋਕ ਵੀ ਪੀੜ੍ਹੀ ਦਰ ਪੀੜ੍ਹੀ ਇੱਕ ਪਰਿਵਾਰ ਨਾਲ ਹੀ ਸੰਬੰਧਿਤ ਹਨ ਅਤੇ ਉਹ ਸ਼ੁਰੂ ਤੋਂ ਹੀ ਰੋਇਲ ਇਨਫੀਲਡ ਨਾਲ ਜੁੜੇ ਹਨ ਅਤੇ ਉਹ ਹੱਥ ਨਾਲ ਹੀ ਇੰਨੀ ਸੋਹਣੀ ਕਲਾਕ੍ਰਿਤੀ ਕਰਦੇ ਹਨ ਕਿ ਮਸ਼ੀਨ ਨਾਲ ਕੀਤਾ ਹੋਇਆ ਕੰਮ ਵੀ ਤੁਹਾਨੂੰ ਉਸ ਨਾਲੋਂ ਘੱਟ ਜਚੇਗਾ। ਇਹ ਸ਼ੁਰੂਆਤ ਤੋਂ ਹੀ ਰੋਇਲ ਇਨਫੀਲਡ ਦੇ ਟੈਂਕਸ ਦੇ ਉੱਤੇ ਜੋ ਕੰਮ ਹੁੰਦਾ ਹੈ ਉਹ ਬਿਲਕੁਲ ਹੱਥ ਨਾਲ ਹੁੰਦਾ ਹੈ। ਅੱਗੇ ਹੁਣ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੂਰੀ ਰੀਝ ਨਾਲ ਇੱਕ ਮਕੈਨਿਕ ਆਪਣੇ ਹੱਥ ਨਾਲ ਟੈਂਕ ਉੱਤੇ ਕੰਮ ਕਰ ਰਿਹਾ ਹੈ। ਉੱਨੀ ਸੌ 1955 ਵਿੱਚ ਪਹਿਲੀ ਵਾਰ ਇੰਡੀਅਨ ਗੌਰਮੈਂਟ ਨੇ ਬਾਰਡਰ ਪੈਟਰੋਲਿੰਗ ਵਾਸਤੇ ਰੋਇਲ ਇਨਫੀਲਡ ਦੀ ਮੰਗ ਕੀਤੀ ਸੀ ਅਤੇ ਉਦੋਂ ਰੋਇਲ ਇਨਫੀਲਡ ਨੇ ਇੰਡੀਆ ਦੀ ਕੰਪਨੀ ਮਦਰਾਸ ਮੋਟਰਸ ਨਾਲ ਮਿਲ ਕੇ 800 ਮੋਟਰਸਾਈਕਲ ਦੀ ਪ੍ਰੋਡਕਸ਼ਨ ਕੀਤੀ ਸੀ ਅਤੇ ਉਹ 800 ਮੋਟਰਸਾਈਕਲ ਬਾਰਡਰ ਪੈਟਰੋਲਿੰਗ ਵਾਸਤੇ ਇੰਡੀਅਨ ਗੌਰਮੈਂਟ ਰਾਹੀਂ ਇੰਡੀਅਨ ਸਿਕਿਉਰਿਟੀ ਫੋਰਸਿਸ ਨੂੰ ਦਿੱਤੇ ਗਏ ਸਨ ਅਤੇ ਲਾਸਟ ਵਿੱਚ ਬੁਲਟ 'ਤੇ ਸਾਡੇ ਇੰਡੀਅਨ ਆਰਮੀ ਨਾਲ ਇੱਕ ਗੱਲ ਜੁੜੀ ਜੋ ਕਿ ਬਹੁਤ ਮਸ਼ਹੂਰ ਹੈ। 2001 ਵਿੱਚ 10 ਬੁਲਟ ਮੋਟਰਸਾਈਕਲਾਂ 'ਤੇ 201 ਆਰਮੀ ਮੈਨ ਨੇ ਇੱਕ ਪਿਰਾਮਿਡ ਬਣਾਇਆ ਸੀ ਇਕੱਠੇ ਹੋ ਕੇ, ਜਿਸ ਨੂੰ ਕਿ 200 ਮੀਟਰ ਤੱਕ ਚਲਾਇਆ ਗਿਆ ਅਤੇ ਜੋ ਦੇਖਣ ਵਿੱਚ ਵੀ ਬਹੁਤ ਹੀ ਘੈਂਟ ਲੱਗਦਾ ਸੀ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ। ਸੋ ਇਹ ਸੀ ਰੋਇਲ ਇਨਫੀਲਡ ਬਾਰੇ ਕੁਝ ਇੰਟਰਸਟਿੰਗ ਗੱਲਾਂ। ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਕੋਈ ਨਵਾਂ ਕੰਟੈਂਟ ਲੈ ਕੇ। ਤਦ ਤੱਕ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਉਸਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ। ਹੋਰ ਵੀ ਕਿਸੇ ਰਿਲੇਟਡ ਕੋਈ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਕਮੈਂਟਾਂ ਵਿੱਚ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਅਤੇ ਮੈਂ ਤੁਹਾਡੇ ਲਈ ਇੱਦਾਂ ਦੀਆਂ ਨਵੀਆਂ ਅਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦਾ ਰਹਾਂਗਾ। ਤਦ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਲਈ ਧੰਨਵਾਦ।